ਅੱਜ ਲਾਡੋਵਾਲ ਟੋਲ ਪਲਾਜ਼ੇ ਤੇ ਟੀਟੂ ਬਣਿਆ ਇਹਨਾਂ ਗੁੰਡਾ ਟੈਕਸ ਤੇ ਯਾਨੀ ਲਗਾਮ ਪਾਉਣ ਵਾਸਤੇ ਬੈਂਡ ਬਾਜੇ ਲੈ ਕੇ ਆਇਆ ਵਾ ਕਿਉਂਕਿ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਬੋਲਦੇ ਨਹੀਂ ਆ ਸਾਡਾ ਐਮਪੀ ਜਿਹੜਾ ਰਵਨੀਤ ਬਿੱਟੂ ਆ ਜੇ ਜ਼ਿੰਮੇਵਾਰੀ ਸੀਗੀ ਉਹ ਫੰਡਿੰਗ ਲੈ ਕੇ ਚੁੱਪ ਹੋ ਜਾਂਦਾ ਵਾ ਖਰਾ ਮੂੰਹ 'ਚ ਬੱਬਲ ਗਮ ਪਾ ਲੈਂਦਾ ਵਾ ਪਰ ਟੀਟੂ ਬਣਿਆ ਮੂੰਹ 'ਚ ਬੱਬਲ ਗਮ ਪਾਉਣ ਵਾਲਾ ਹੈ ਨਹੀਂ ਕਿਰਾ ਅਤੇ ਅੱਜ ਅਸੀਂ ਇੱਥੇ ਬੈਂਡ ਬਾਜਿਆਂ ਨਾਲ ਇਹਨਾਂ ਦੇ ਮੈਲ ਕੰਨਾਂ ਦੇ ਕੱਢਣ ਆਏ ਹਾਂ ਭਗਵੰਤ ਮਾਨ ਜੀ ਨਿੱਕੀ ਨਿੱਕੀ ਗੱਲ 'ਤੇ ਆਖ ਰਹੇ ਹੁੰਦੇ ਆ ਵੀ ਮੈਂ ਫਲਾਨਾ ਟੋਲ ਪਲਾਜ਼ਾ ਬੰਦ ਕਰਾਤਾ ਮੈਂ ਫਲਾਨਾ ਟੋਲ ਪਲਾਜ਼ਾ ਬੰਦ ਕਰਾਤਾ ਭਗਵੰਤ ਮਾਨ ਜੀ ਹੁਣ ਆ ਕੇ ਤਾਂ ਦੱਸੋ ਵੀ ਲਾਡੋਵਾਲ ਦਾ ਮੈਂ 50 ਰੁਪਏ ਰੇਟ ਵਧਾ ਵੀ ਪਗਰਾ ਕਿਉਂਕਿ ਐਮ ਪੀ ਦੀ ਚੋਣਾਂ ਆਉਣੀਆਂ ਨੇ ਸਾਰੇ ਲੀਡਰ ਚੁੱਪ ਨੇ ਸਾਰੇ ਜਥੇਬੰਦੀਆਂ ਚੁੱਪ ਨੇ ਜਥੇਬੰਦੀਆਂ ਵਾਲੇ ਵੀ ਕੀ ਕਰਦੇ ਆ ਉਹ ਉਹਨਾਂ ਨੇ ਆਪਦੇ ਯਾਨੀ ਵਰਕਰਾਂ ਦੇ ਕਾਰਡ ਬਣਾ ਲਏ ਫਰੀ ਵਾਲੇ ਕਰਾ ਨਿੱਕੀ ਨਿੱਕੀ ਗੱਲ ਤਾਂ ਧਰਨਾ ਲਾਉਂਦੇ ਜਥੇਬੰਦੀਆਂ ਵਾਲੀਆਂ ਟੋਲ ਪਲਾਜ਼ਾ ਰੋਕਦੇ ਆ ਅੱਜ ਕਿੱਥੇ ਗਏ ਜਥੇਬੰਦੀਆਂ ਵਾਲੇ ਕਰਾ ਕਹਿੰਦੇ 3 ਰੁਪਏ ਪਿੱਛੇ ਗੰਨੇ ਪਿੱਛੇ ਜਾਂ ਭਾਈ ਆਪਾਂ ਰੇਟ ਵਧਾ ਲਿਆ ਧਰਨਾ ਲਾ ਲਿਆ 5 ਰੁਪਏ ਗੰਨੇ ਪਿੱਛੇ ਇਹਨਾਂ ਨੇ ਸਾਡੇ ਕਿੰਨੇ ਗੰਨੇ ਖਾ ਜਾਂਦੇ ਟੋਲ ਪਲਾਜ਼ਾ ਵਾਲਿਆਂ ਨੇ ਆਹ ਸਾਡੇ ਤਾਂ ਗੁੰਡਾ ਟੈਕਸ ਲੱਗਿਆ ਹੋਇਆ ਵਾ ਜਦੋਂ ਵੀ ਮੂੰਹ ਚੁੱਕਦੇ ਆ ਜਿੰਨਾ ਮਰਜ਼ੀ ਰੇਟ ਵਧਾ ਦਿੰਦੇ ਆ ਸਰਕਾਰਾਂ ਸਾਡੇ ਚੁੱਪ ਨੇ ਸਾਡੇ ਲੀਡਰ ਚੁੱਪ ਨੇ ਟੀਟੂ ਬਾਣੀਆ ਅੱਜ ਰੋਜ਼ ਦਸ ਵਜੇ ਧਰਨਾ ਲਾਉਣ ਆਇਆ ਵਾ ਅੱਜ ਲਾਉਣ ਆਇਆ ਵਾ ਅਤੇ ਬੇਨਤੀ ਕਰਦਾ ਵਾ ਵੀ ਦੋਸਤੋ ਤੁਸੀਂ ਵੀ ਬੋਲਿਆ ਕਰੋ ਕਰਾ ਜੇ ਬੋਲਾਂਗੇ ਨਹੀਂ ਤਾਂ ਆਉਣ ਵਾਲੇ ਸਾਡੇ ਜਿਹੜੇ ਬੱਚੇ ਹੈਗੇ ਆ ਸਾਨੂੰ ਅੱਖਾਂ ਨਾਲ ਕੰਡੇ ਚੁੱਕਣੇ ਪੈਣੇ ਆ ਜੋ ਸਾਡੀ ਪਨੀਰ ਵੱਡੀ ਹੋਣੀ ਆ ਤਾਂ ਹੀ ਟੋਲ ਪਲਾਜ਼ਾ ਲੱਖਾਂ ਲੱਖਾਂ ਮਹਿੰਗੇ ਹੋਣੇ ਆ ਹਜ਼ਾਰਾਂ ਦੇ ਟੋਲ ਪਲਾਜ਼ੇ ਬਣ ਜਾਣੇ ਆ ਜਦੋਂ ਆਪਣੇ ਬੱਚੇ ਵੱਡੇ ਹੋਣੇ ਆ ਸੱਜੇ ਜਾਓ ਤਾਂ ਟੋਲ ਪਲਾਜ਼ਾ ਖੱਬੇ ਜਾਓ ਤਾਂ ਟੋਲ ਪਲਾਜ਼ਾ ਮੂਹਰੇ ਜਾਓ ਤਾਂ ਟੋਲ ਪਲਾਜ਼ਾ ਪਿੱਛੇ ਜਾਓ ਤਾਂ ਟੋਲ ਪਲਾਜ਼ਾ ਜਦੋਂ ਕਿ ਅਸੀਂ ਟੈਕਸ ਦਿੰਦੇ ਹਾਂ ਸਾਰੀਆਂ ਗੱਡੀਆਂ ਦਾ ਅਸੀਂ ਟੈਕਸ ਦਿੰਦੇ ਹਾਂ ਗੱਡੀ ਜਦੋਂ ਰੋਡ 'ਤੇ ਆਉਂਦੀ ਉਦੋਂ ਟੈਕਸ ਦਿੰਦੇ ਹਾਂ ਇਨਸ਼ੋਰੈਂਸ ਕਰਾਉਂਦੇ ਹਾਂ ਉਦੋਂ ਟੈਕਸ ਦਿੰਦੇ ਹਾਂ ਤੇਲ ਪਾਉਂਦੇ ਗੱਡੀ ਵਿੱਚ ਪੈਟਰੋਲ ਡੀਜ਼ਲ ਉਦੋਂ ਟੈਕਸ ਦਿੰਦੇ ਹਾਂ ਫਿਰ ਵੀ ਸਾਡਾ ਫਾਹਾ ਲਾ ਦਿਓ ਗੱਡੀ ਵਾਲੇ ਮਾਰ ਦਿਓ ਪਾਲਾ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ